ਕਿਸਾਨ ਭਰਾਵੋ, ਸੂਰਜ ਛਿਪਣ ਵਾਲਾ ਅਤੇ ਇੱਕ ਵੀਡੀਓ ਸ਼ੂਟ ਕਰ ਰਹੇ ਹਾਂ ਕਿਉਂਕਿ ਆਪਣਾ ਰੁਝਾਨ ਹੁੰਦਾ ਕਿ ਆਪਾਂ ਨੂੰ ਬੀਜ ਚੰਗਾ ਮਿਲੇ, ਆਪਣਾ ਬੀਜ ਨਿਖਾਲਸ ਹੋਵੇ, ਉਹਦੇ ਵਿੱਚ ਮਿਕਸਿੰਗ ਨਾ ਹੋਵੇ। ਪਰ ਆਪਣਾ ਕਦੇ ਵੀ ਇਹ ਰੁਝਾਨ ਨਹੀਂ ਹੁੰਦਾ ਹੈਗਾ ਵੀ ਆਪਣਾ ਬੀਜ ਹੱਥੀਂ ਝਾੜ ਲਿਆ ਜਾਵੇ। ਇਹ ਦੇਖੋ ਤੁਸੀਂ ਪਲਾਟ, ਇਹਦੇ ਵਿੱਚ ਕੋਈ ਮਿਕਸਿੰਗ ਨਹੀਂ ਹੈਗੀ, ਪਰ ਫਿਰ ਵੀ ਮੈਂ ਇਸ ਪਲਾਟ ਦੇ ਵਿੱਚੋਂ ਬੀਜ ਨਹੀਂ ਰੱਖ ਰਿਹਾ। ਤੁਹਾਨੂੰ ਕਾਰਨ ਦੱਸਾਂਗਾ, ਬਿਲਕੁਲ ਐਂਡ 'ਤੇ ਦੱਸਾਂਗਾ ਕਿ ਆਪਾਂ ਨੂੰ ਬੀਜ ਕਿੱਥੋਂ ਲੈਣਾ ਚਾਹੀਦਾ। ਹੁਣ ਦੇਖੋ ਕਣਕ ਦੇ ਬੀਜਾਂ ਦਾ ਲੈਣ ਦੇਣ ਸ਼ੁਰੂ ਹੋਣਾ, ਕੁਛ ਜ਼ਿਮੀਦਾਰਾਂ ਤੋਂ ਲੈ ਲੈਣਾ, ਕੁਛ ਤੁਸੀਂ ਬਾਣੀਆਂ ਤੋਂ ਲੈਣਾ ਜਾਂ ਡੀਲਰਾਂ ਤੋਂ ਲੈਣਾ ਹੈਗਾ, ਬਿੱਲ ਤੁਸੀਂ ਫਿਰ ਨਹੀਂ ਲੈਂਦੇ ਹੈਗੇ। ਜੇ ਬਿੱਲ ਵੀ ਲੈ ਲੈਂਦੇ ਤਾਂ ਕੁਛ ਮਹਿਕਮੇ ਵੱਲੋਂ ਇੰਨੀ ਕੁ ਢਿੱਲ ਚੱਲਦੀ ਹੈ ਕਿ ਤੁਹਾਡੀ ਕੋਈ ਕਾਰਵਾਈ ਨਹੀਂ ਹੋ ਸਕਦੀ। ਪਰ ਮੈਨੂੰ ਲੱਗਦਾ ਕਿ ਤੁਹਾਨੂੰ ਆਪਣੇ ਬੀਜ ਦਾ ਆਪ ਹੀ ਪ੍ਰਬੰਧ ਕਰ ਲੈਣਾ ਚਾਹੀਦਾ। ਕਿਵੇਂ ਕਰਨਾ ਚਾਹੀਦਾ? ਦੇਖੋ, ਜਿਹੜਾ ਵੀ ਤੁਹਾਡੀ ਝੋਨੇ ਦਾ ਜਿਹੜਾ ਪਲਾਟ ਲੱਗਿਆ ਹੋਇਆ ਗਾ, ਤਾਂ ਉਸ ਪਲਾਟ ਦੇ ਵਿੱਚ ਤੁਸੀਂ ਇੱਕ ਇੱਕ ਚੀਜ਼ ਦੀ ਗੌਰ ਕਰਨੀ ਆ ਕਿ ਝੋਨਾ ਮਿਕਸ ਨਾ ਹੋਇਆ ਹੋਵੇ। ਕਈ ਵਾਰ ਕੀ ਹੁੰਦਾ ਕਿ ਆਪਾਂ ਝੋਨਾ ਲਾਉਣ ਵੇਲੇ ਦੋ ਚਾਰ ਵਰਾਇਟੀਆਂ ਮੰਗ ਮੰਗਾਂ ਦੇ ਨਾਲ ਬੂਟੇ ਪੂਰੇ ਕਰੇ ਹੁੰਦੇ ਆ, ਕਈ ਵਾਰੀ ਬੂਟੇ ਮੱਚ ਜਾਂਦੇ ਆ ਜਾਂ ਆਪਾਂ ਨੂੰ ਪਾਣੀ ਨਹੀਂ ਮਿਲਦਾ ਹੈਗਾ, ਜਾਂ ਜਿਹੜੇ ਤੁਹਾਡੇ ਤੌਰ ਤਰੀਕੇ ਹੈਗੇ ਸਿਉਂਖ ਪੈ ਜਾਂਦੀ ਆ, ਬੂਟਿਆਂ ਨੂੰ ਆਪਾਂ ਪੂਰਾ ਕਰਿਆ ਹੁੰਦਾ, ਆਪਾਂ ਚੋਭੇ ਲਾਏ ਹੁੰਦੇ ਆ, ਜਦੋਂ ਦੋ ਚਾਰ ਵਰਾਇਟੀਆਂ ਦੇ ਚੋਭੇ ਲਾ ਤੇ ਮੰਗ ਮੰਗਾਂ ਗੁੱਟੀਆਂ 30-40 ਕਿਸੇ ਤੋਂ ਹੋਰ ਲੈ ਲਈਆਂ, 30-40 ਕਿਸੇ ਹੋਰ ਤੋਂ ਲੈ ਲਈਆਂ, ਅਤੇ ਫਿਰ ਤੁਸੀਂ ਕਹਿ ਨਹੀਂ ਸਕਦੇ ਕਿ ਤੁਹਾਡੇ ਖੇਤ 'ਚ ਨਿਖਾਲਸ ਝੋਨਾ ਲੱਗਿਆ ਹੋਇਆ ਕਿ ਤੁਸੀਂ ਉਸਦਾ ਬੀਜ ਰੱਖ ਲਓ। ਪਰ ਜਿਹੜੇ ਪਲਾਟ ਦੀ ਤੁਹਾਨੂੰ ਤਾਂ ਪਤਾ ਹੀ ਹੁੰਦਾ, ਤੁਹਾਡਾ ਆਪਣਾ ਖੇਤ ਹੈ, ਪਰ ਇਹੀ ਕੰਮ ਜੇਕਰ ਤੁਹਾਡੇ ਜਿੱਥੋਂ ਤੁਸੀਂ ਬੀਜ ਲੈਂਦੇ ਹੋ ਜੇ ਉਹਦੇ ਖੇਤ ਦੇ ਵਿੱਚ ਹੋ ਜਾਂਦਾ, ਉਹਨੇ ਨਹੀਂ ਦੱਸਣਾ ਹੈਗਾ। ਹੋ ਸਕਦਾ ਹੈ ਕਿ ਸੇਮ ਟਾਈਮ ਵਾਲੀਆਂ ਵਰਾਇਟੀਆਂ ਹੋਣ, ਸੇਮ ਕੱਦ ਵਾਲੀਆਂ ਵਰਾਇਟੀਆਂ ਹੋਣ, ਪਰ ਕਈ ਵਾਰ ਵਰਾਇਟੀਆਂ ਦੇ ਕਰੈਕਟਰ ਚੇਂਜ ਹੁੰਦੇ ਰਹਿੰਦੇ ਆ, ਵੱਖੋ ਵੱਖਰੋ ਏਰੀਆ ਦੇ ਹਿਸਾਬ ਦੇ ਨਾਲ ਵਰਾਇਟੀਆਂ ਕੱਦ ਕਰਦੀਆਂ। ਕਈ ਵਰਾਇਟੀਆਂ ਮਾਲਵੇ ਏਰੀਏ 'ਚ ਕੋਈ ਜ਼ਿਆਦਾ ਕੱਦ ਨਹੀਂ ਕਰਦੀਆਂ, ਪਰ ਜਦੋਂ ਉਹੀ ਵਰਾਇਟੀਆਂ ਜਾ ਕੇ ਅੰਮ੍ਰਿਤਸਰ ਸਾਈਡ ਜਾਂ ਹੁਸ਼ਿਆਰਪੁਰ ਸਾਈਡ ਲੱਗਦੀਆਂ ਤਾਂ ਕਾਫੀ ਜ਼ਿਆਦਾ ਉਹਨਾਂ ਦੀ ਹਾਈਟ ਹੋ ਜਾਂਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਅਤੇ ਮੇਰੇ ਵੀਡੀਓ ਦੇ ਵਿੱਚ ਫੋਕਸ ਕਰਨ ਦਾ ਇੱਕੋ ਹੀ ਮਤਲਬ ਆ ਕਿ ਜਿੱਥੇ ਵੀ ਕੋਈ ਦਰੱਖਤ ਨਹੀਂ ਹੈਗਾ ਤੁਹਾਡੇ ਖੇਤ ਦੇ ਵਿੱਚ, ਸਾਰੇ ਦਰੱਖਤ ਇੱਕ ਸਾਈਡ 'ਤੇ ਲੱਗੇ ਹੋਏ, 14-15 ਦਰੱਖਤ, 7 ਕਿੱਲੇ ਦਾ ਪਲਾਟ ਆ, ਪਰ ਤੁਸੀਂ ਤੁਹਾਡਾ ਜਿੱਥੋਂ ਬੀਜ ਲੈਣ ਦਾ ਪਲਾਟ ਹੈਗਾ, ਜਿੱਥੋਂ ਤੁਹਾਡਾ ਆਪਣਾ ਖੇਤ ਆ, ਉਸ ਤੁਸੀਂ ਇੱਕ ਨਿਖਾਲਸ ਬੀਜ ਤਿਆਰ ਕਰਨਾ ਹੈਗਾ। ਪਲੀਜ਼ ਇੱਕ ਤਾਂ ਨੱਕੇ ਦੇ ਨੇੜੇ ਨਾ ਹੋਵੇ, ਨੱਕੇ ਨੇੜੇ ਦਾ ਮਤਲਬ ਇਹ ਆ ਵੀ ਇਹਦੇ ਨੇੜੇ ਟਿੱਲਰ ਜ਼ਿਆਦਾ ਹੋਏ ਵੇ ਹੁੰਦੇ ਆ, ਜਿਹੜੇ ਫਸਲ ਆ ਉਹਨੂੰ ਡੋਬਾ ਲੱਗਿਆ ਹੋਇਆ ਹੁੰਦਾ, ਤਾਂ ਉਹਦੇ ਵਿੱਚ ਫੁੱਕ ਵੀ ਜ਼ਿਆਦਾ ਹੋ ਸਕਦੀ ਆ, ਉਹਦੇ ਵਿੱਚ ਪਕਾ ਵੀ ਇੱਕ ਸਾਰ ਨਹੀਂ ਹੁੰਦਾ, ਅਤੇ ਉਹਦੇ ਵਿੱਚ ਟਿੱਲਰ ਜ਼ਿਆਦਾ ਬਣੇ ਹੁੰਦੇ, ਝੋਨਾ ਸੰਘਣਾ ਹੋਇਆ ਹੋਇਆ ਹੁੰਦਾ, ਬੂਟਾ ਮੱਝਦਾ ਵੀ ਘੱਟ ਹੁੰਦਾ ਇਸ ਜਗ੍ਹਾ 'ਤੇ। ਪਰ ਜਦੋਂ ਹੀ ਆਪਣਾ ਜਿਹੜਾ ਖੇਤ ਜ਼ਿਆਦਾ ਸੰਘਣਾ ਨਾ ਹੋਵੇ, ਮਿਕਸਿੰਗ ਵੀ ਨਾ ਹੋਵੇ, ਆਪਾਂ ਰੋਗਿੰਗ ਵੀ ਕੀਤੀ ਹੋਵੇ, ਕੋਈ ਨਜਾਇਜ਼ ਆਪਾਂ ਨੂੰ ਕੋਈ ਅਲੱਗ ਤਰ੍ਹਾਂ ਦਾ ਬੂਟਾ ਦੇਖ ਰਿਹਾ ਹੈ, ਉਹਨੂੰ ਆਪਾਂ ਕੱਢ ਵੀ ਦਿੰਦੇ ਹਾਂ ਇਸ ਸਮੇਂ 'ਤੇ, ਤਾਂ ਤੁਸੀਂ ਉਸ ਪਲਾਟ ਦੇ ਵਿੱਚੋਂ ਆਪਣਾ ਬੀਜ ਰੱਖ ਸਕਦੇ ਹੋ। ਦੋ ਮੇਨ ਗੱਲਾਂ ਦਾ ਹੋਰ ਖਿਆਲ ਰੱਖਣਾ ਕਿ ਉਸ ਵਰਾਇਟੀ ਦੇ ਵਿੱਚ ਬੰਟ ਨਾ ਆਇਆ ਹੋਵੇ, ਬੰਟ ਦਾ ਮਤਲਬ ਕਾਲੀ ਸਵਾਹ ਬਣ ਕੇ ਦਾਣਾ ਫਟਿਆ ਨਾ ਹੋਵੇ, ਕੋਈ ਵੀ ਹੋਰ ਭੈੜਾ ਖਤਰਨਾਕ ਉੱਲੀ ਰੋਗ ਜੇ ਬਾਸਮਤੀ ਰੱਖ ਰਹੇ ਹੋ ਤਾਂ ਨੈੱਕ ਬਲਾਸਟ ਨਾ ਆਇਆ ਹੋਵੇ। ਜੇ ਤੁਸੀਂ ਆਮ ਵਰਾਇਟੀ ਦਾ ਬੀਜ ਆਪਣੀ ਦਾ ਰੱਖ ਰਹੇ ਹੋ, ਕੋਈ ਨਵਾਂ ਬੀਜ ਤੁਸੀਂ ਫਾਊਂਡੇਸ਼ਨ ਲਿਆ ਸੀ, ਸਰਟੀਫਾਈਡ ਲਿਆ ਸੀ, ਦੂਰੋਂ ਲਿਆ ਸੀ, ਪਰ ਇਸ ਵਾਰ ਤੁਸੀਂ ਉਸ ਵਰਾਇਟੀ ਦਾ ਤੁਹਾਨੂੰ ਪਸੰਦ ਆ ਗਈ ਵਰਾਇਟੀ ਦਾ ਬੀਜ ਰੱਖਣਾ, ਜਾਂ ਤੁਸੀਂ ਕਾਫੀ ਸਮੇਂ ਤੋਂ ਲਾ ਰਹੇ ਹੋ ਵਰਾਇਟੀ ਤੁਹਾਨੂੰ ਪਸੰਦ ਆ ਤਾਂ ਉਹਦਾ ਬੀਜ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਉਸ 'ਤੇ ਨੋਟ ਕਰ ਲਓ ਕਿ ਉਹਦੇ ਸ਼ੀਥ ਬਲਾਈਟ ਨਾ ਹੋਵੇ, ਤਾਂ ਉਹਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਬਾਹਰ ਕੱਢੋ, ਬੀਜ ਤੁਸੀਂ ਰੱਖ ਸਕਦੇ ਹੋ। ਪਰ ਜਦੋਂ ਇਹ ਦੋ ਬਿਮਾਰੀਆਂ ਫਾਲ ਸਮੱਟ ਅਤੇ ਜਿਹੜੀ ਆ ਹਲਦੀ ਰੋਗ ਆ ਜਾਂਦਾ ਹੈਗਾ ਜਾਂ ਇਕੱਲਾ ਸਮੱਟ ਆ ਜਾਂਦਾ, ਤਾਂ ਇਹ ਬੀਜ ਤੁਸੀਂ ਪਲੀਜ਼ ਨਾ ਰੱਖਿਓ। ਅਤੇ ਇੱਕ ਸਭ ਤੋਂ ਵੱਡੀ ਕੋਸ਼ਿਸ਼, ਇੱਕ ਮੇਰੇ ਥੋੜ੍ਹਾ ਜਿਹਾ ਅਹਿਸਾਨ ਕਰ ਦਿਓ ਕਿ ਜੇ ਤੁਸੀਂ ਬੀਜ ਰੱਖਣਾ ਤਾਂ ਕੰਬਾਈਨ ਦੀ ਟੈਂਕੀ ਦੇ ਵਿੱਚ ਤਾਂ ਬਿਲਕੁਲ ਵੀ ਨਾ ਰੱਖਿਓ, ਕਿਉਂਕਿ ਜਿਹੜੇ ਵੀਰਾਂ ਨੇ, ਮੈਂ ਦੇਖੋ ਆਪਣਾ ਬੀਜ ਰੱਖਿਆ ਸੀ ਨਿਖਾਲਸਾ, ਚਲੋ ਬੂਟੇ ਘੱਟ ਗਏ, ਆਪਾਂ ਹੋਰ ਵਰਾਇਟੀ ਲਾ ਲਈ ਵਿੱਚ, ਪਰ ਮੈਂ ਕਾਫੀ ਦੇਖਿਆ ਮੇਰੇ ਤੋਂ ਲੈ ਕੇ ਗਏ ਹੋਏ ਬੀ ਫਾਰਮਰ ਕਹਿੰਦੇ ਝੋਨਾ ਬਹੁਤ ਸੋਹਣਾ ਹੋਇਆ ਸੀ ਬੀ ਰੱਖਣਾ, ਬੀ ਕਿ ਜਦੋਂ ਝੋਨਾ ਤੋਲਣ ਲੱਗਦਾ ਹੈਗਾ ਉਹਨਾਂ ਗੱਟਿਆਂ ਦੇ ਵਿੱਚੋਂ ਇੱਕ ਗੱਟਾ ਟਕੜਾ ਲੈਂਦੇ ਆ, ਕਈ ਆਪਾਂ ਇਹ ਰੱਖ ਲੈਂਦੇ ਹਾਂ। ਉਸ ਤਰੀਕੇ ਨਾਲ ਬੀ ਨਹੀਂ ਰੱਖਿਆ ਜਾਂਦਾ, ਉਹ ਬੀ ਨਹੀਂ ਹੁੰਦਾ ਜੀ, ਉਹ ਝੋਨਾ ਹੁੰਦਾ। ਬੀ ਅਤੇ ਝੋਨੇ ਦੇ ਵਿੱਚ ਫਰਕ ਹੁੰਦਾ, ਆਲੂ ਅਤੇ ਆਲੂਆਂ ਦੇ ਬੀਜ 'ਚ ਬੜਾ ਫਰਕ ਹੁੰਦਾ। ਹਰੇਕ ਚੀਜ਼ ਦਾ ਬੀ ਆ ਜਿਹੜਾ ਉਹ ਸਿਮਿਟਰਿਕ ਹੋਣਾ ਚਾਹੀਦਾ, ਕਿਉਂਕਿ ਅੱਗੇ ਜਾ ਕੇ ਆਪਾਂ ਤੋਂ ਫਸਲ ਲੈਣੀ ਹੈ, ਉਹ ਆਪਣੀ ਫਸਲ ਦੀ ਨੀਂਹ ਬਣਨਾ ਹੈਗਾ। ਸੋ ਇੰਨੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਜੇਕਰ ਕਿਸੇ ਖੇਤ ਦੇ ਵਿੱਚ ਜਿਹੜਾ ਦਾਣਾ ਫਟਣ ਦਾ ਰੋਗ ਆਇਆ ਹੋਇਆ ਜਾਂ ਦਾਣਿਆਂ ਦੇ ਉੱਤੇ ਦਾਗੀ ਚੱਲ ਜੂਗਾ, ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਜਦੋਂ ਸੀਥ ਬਲੈਟ ਜ਼ਿਆਦਾ ਹੋਵੇ ਤਾਂ ਉੱਤੋਂ ਕੋਈ ਤੁਸੀਂ ਫੰਗੀਸਾਈਡ ਵੀ ਨਹੀਂ ਵਰਤਿਆ ਹੈਗਾ, ਤੁਹਾਡੀ ਫਸਲ ਦੇ ਵਿੱਚ ਰੋਗ ਡੁੱਲ ਕੇ ਪੈ ਰਿਹਾ, ਕਿਤੇ ਫਸਲ ਡਿੱਗੀ ਹੋਈ ਵੀ ਆ ਦਰੱਖਤਾਂ ਥੱਲੇ ਆ ਜਾਂ ਚੋਭਿਆਂ ਦੇ ਨੇੜੇ ਆ ਜਾਂ ਫਸਲ ਨੂੰ ਕੋਈ ਖੇਤ ਆ ਜਿਹੜੇ ਉਹ ਨੀਵੇਂ ਹੁੰਦੇ ਆ ਜਿਹਨਾਂ ਵਿੱਚ ਬਰਸਾਤੀ ਪਾਣੀ ਆਉਂਦਾ ਜਾਂ ਬਰਸਾਤੀ ਨਾਲਿਆਂ ਦਾ ਪਾਣੀ ਆਉਂਦਾ, ਤਾਂ ਪਲੀਜ਼ ਉਸ ਜਗ੍ਹਾ ਤੋਂ ਬੀਜ ਨਾ ਰੱਖਿਆ ਕਰੋ। ਬੀਜ ਰੱਖਣ ਦਾ ਸਹੀ ਤਰੀਕਾ ਇਹੀ ਹੈ ਕਿ ਤੁਸੀਂ ਉਸ ਜਗ੍ਹਾ ਨੂੰ ਸਿਲੈਕਟ ਕਰ ਲਓ ਜਿਹੜੀ ਤੁਹਾਡੀ ਸਭ ਤੋਂ
ਵਧੀਆ ਖੇਤ ਦੀ ਸਭ ਤੋਂ ਵਧੀਆ ਟ੍ਰੀਟਮੈਂਟ ਹੋਇਆ ਵਿਆ, ਉਸ ਨੂੰ ਦੋ ਦਿਨ ਲੇਟ ਵੱਢ ਲਿਓ। ਹੱਥੀਂ ਵੱਢ ਕੇ ਪਹਿਲੀ ਸੱਟ ਦਾ ਝਾੜਿਆ ਹੋਇਆ ਬੀਜ ਰੱਖਣਾ ਤੁਸੀਂ, ਉਹਨੂੰ ਤੁਸੀਂ ਬੋਰੀਆਂ ਦੇ ਵਿੱਚ ਪਾ ਕੇ ਸੁਕਾਉਣ ਤੋਂ ਬਾਅਦ ਰੱਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਇਹਨੂੰ ਕੋਈ ਕੀੜਾ ਨਹੀਂ ਲੱਗਦਾ ਹੁੰਦਾ, ਇਹਦੇ ਛਿਲਕਾ ਲੱਗਿਆ, ਜਿੰਨਾ ਚਿਕਰ ਇਹਦੇ ਛਿਲਕਾ ਲੱਗਿਆ ਉਨਾ ਚਿਕਰ ਹੀ ਬੀਜ ਹੈ ਇਹ, ਨਹੀਂ ਤਾਂ ਇਸ ਨੇ ਚੌਲ ਬਣ ਜਾਣਾ। ਚੌਲ ਨਹੀਂ ਬਣ ਦੇਣਾ ਹੈਗਾ, ਆਪਾਂ ਛਿਲਕਾ ਨਹੀਂ ਲਾਉਣਾ, ਹਲਕੀ ਸੱਟ ਦੇ ਨਾਲ, ਪਹਿਲੀ ਸੱਟ ਦੇ ਨਾਲ ਜਿਹੜੀ ਮੁੰਜਰ ਦੇ ਵਿੱਚੋਂ ਦਾਣੇ ਬਾਹਰ ਨਿਕਲਦੇ ਆ ਉਹਨਾਂ ਨੂੰ ਕੱਢ ਕੇ ਤੁਸੀਂ ਸਟੋਰ ਕਰ ਲੈਣਾ, ਅਗਲੇ ਸਾਲ ਲਈ ਤੁਸੀਂ ਵਰਤ ਸਕਦੇ ਹੋ। ਸੋ ਇੰਨੀਆਂ ਕੁ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਜਾਣਕਾਰੀਆਂ ਹੋਰ ਕਿਸਾਨਾਂ ਨਾਲ ਵੀ ਜ਼ਰੂਰ ਸਾਂਝੀਆਂ ਕਰਦਿਆ ਕਰੋ। ਧੰਨਵਾਦ।